ਕਹਿੰਦਾ ਬਾਬੇ ਉਹ ਗਰੀਬੀ ਉਦਾਂ ਗਈ ਨਹੀਂ ਹੱਲੇ ਐਲ ਵੀ ਬਾਰ ਵੈਰੀ ਤਾਂ ਵੀ ਪਾ ਲੈਂਦੇ ਹਾਂ। ਹੋਰ ਕਿੱਦਾਂ ਜੱਟੋ ਠੀਕ ਠਾਕ ਹੋ? ਅੱਜ ਹੋ ਗਿਆ ਮੰਡੇ ਅਤੇ ਧੁੱਪ ਬਹੁਤ ਆ, ਟੂ ਮੱਚ ਹੌਟ ਡੇ ਆ ਟੂਡੇ ਜੀਰੋ। ਅਤੇ ਆਪਣੇ ਭਰਾ ਆਏ, ਉਹਨਾਂ ਨੂੰ ਮਿਲ ਲਈਏ ਮਾੜੇ ਭਰਾ ਨੂੰ। ਘੁੰਮ ਫਿਰ ਕੇ ਆਉਣੇ ਮਾੜੇ ਉਦੇ, ਅੱਜ ਮੇਰਾ ਦਿਲ ਕਰਦਾ ਸੀ। ਪਹਿਲਾਂ ਅਸੀਂ ਜਲੰਧਰ ਜਾਣਾ ਸੀ, ਕੰਮ ਸੀਗਾ ਉਹ ਕੈਂਸਲ ਹੋ ਗਿਆ। ਮੈਂ ਚੱਲ ਕੱਪੜੇ ਕਾਹਨੂੰ ਲਾਉਣੇ, ਉਹਦਾ ਵੀ ਕੱਲ੍ਹ ਦਾ ਫੋਨ ਆਈ ਜਾਂਦਾ ਸੀਗਾ, ਹੈ ਨਾ। ਮੈਂ ਚੱਲ ਨਾਲੇ ਉਹਨੂੰ ਮਿਲ ਲੈਂਦੇ, ਕਿਹਾ ਗੱਲਾਂ ਬਾਤਾਂ ਮਾਰਦੇ ਘੜੀ। ਘਰੇ ਵੀ ਰੋਜ਼ ਘਰੇ ਹੀ ਹੋਈਦਾ, ਹੈ ਨਾ। ਯੂਨੋ ਬਣੇ ਰਹੇ ਬਲੋਕ ਇੱਦਾਂ ਬਾਬੇ, ਉਹ ਥੋੜ੍ਹਾ ਜਿਹਾ ਨਾ ਹਵਾ ਜੀ ਲੱਗਦੀ ਹੈ। ਉੱਦਾਂ ਵੀ 5 o'clock ਤਾਂ ਹੋ ਗਿਆ, ਈਵਨਿੰਗ ਟਾਈਮ ਹੋ ਗਿਆ ਨਾ, ਅਤੇ ਨਜ਼ਾਰਾ ਜਿਹਾ ਆ ਰਿਹਾ ਪੂਰਾ, ਐਨ ਠੰਡਾ ਮੌਸਮ ਆ। ਪਾਇਆ ਪਾਇਆ, ਹੋਰ ਸੁਣਾਓ ਠੀਕ ਠਾਕ ਹੋ ਤੁਸੀਂ? ਹੱਸਦੇ ਵੱਸਦੇ ਰਿਹਾ, ਖੁਸ਼ ਰਿਹਾ ਕਰੋ। ਟੈਨਸ਼ਨਾਂ ਟੂਨਸ਼ਨਾਂ ਲੈ ਕੇ ਕੋਈ ਫਾਇਦਾ ਨਹੀਂ ਹੈਗਾ, ਅਤੇ ਨਾ ਟੈਨਸ਼ਨ ਲੈ ਕੇ ਕੁਛ। ਕੀ ਹੋਇਆ? ਮੈਂ 10-15 ਦਿਨਾਂ ਬਾਅਦ ਲੈਂਦਾ ਮੋਟਰਸਾਈਕਲ, ਇੱਕ ਹੋਰ ਲਿਆ ਹੈ ਨਾ, ਅਤੇ ਜੇ ਜੋਨੀ ਦੇ ਆਫਿਸ ਖੜਾ ਸੀਗਾ ਅੱਜ, ਅੱਜ ਕੱਢ ਕੇ ਲਿਆਂਦਾ ਇਹਨੂੰ ਘੱਟੋ ਘੱਟ ਨਹੀਂ 3.5 ਮਹੀਨੇ ਬਾਅਦ ਖਰਾਬ ਹੋ ਗਿਆ। ਝਟਕੇ ਜਿਹੇ ਮਾਰਦਾ ਪਤਾ ਨਹੀਂ ਕਿਉਂ। ਲਾਤਾ ਲਾਵਾਂ ਨਹੀਂ ਤਾਂ ਛੱਡਿਆ ਇੱਥੇ ਘਰੇ? ਨਹੀਂ ਨਹੀਂ ਬ੍ਰੋ, ਆਉਂਦਾ ਮੁੰਡਾ ਆਉਂਦਾ। ਹੋਰ ਠੀਕ ਹੈ ਘਰੇ? ਵਧੀਆ ਜਾਨ, ਓਕੇ ਲਾਓ ਜੀ ਡੋ। ਆਪਣੇ ਭਰਾ ਆਇਓ ਆ, ਤੁਹਾਨੂੰ ਪਤਾ ਹੀ ਆ ਨਾ ਆਪਣਾ ਬਾਈ ਨੂੰ, ਪਹਿਲਾਂ ਜਿਹਨੂੰ ਦਿੱਤੇ ਹੁਣ ਖੇਤ ਹਾਲੇ ਤਾਂ ਦਿੱਤੇ ਆਪਾਂ, ਅਤੇ ਪਹਿਲਾਂ ਹੋਰ ਖੇਤ ਸੀਗੇ, ਹੁਣ ਉਹਦੇ ਕੋਲ ਆ। ਅਤੇ ਉਹ ਆਇਆ ਸੀ ਖੇਤਾਂ 'ਚ, ਕੱਲ੍ਹ ਵੀ ਆਇਆ ਸੀ, ਕੱਲ੍ਹ ਵੀ ਫੋਨ ਕਰ, ਕੱਲ੍ਹ ਵੀ ਨਹੀਂ ਮਿਲ ਹੋਇਆ। ਮੈਂ ਕਿਹਾ ਪਹਿਲਾਂ ਇਹਨੂੰ ਮਿਲ ਲਈਏ, ਅਤੇ ਆਪਾਂ ਗਾਹ ਨਾਲ ਹੀ ਆਪਣਾ ਭਰਾ ਆਇਆ ਚੰਡੀਗੜ੍ਹੋਂ ਆਇਆ, ਉਹਨੂੰ ਵੀ 2-3 ਦਿਨ ਹੋ ਗਏ ਫੋਨ ਕਰਦੇ ਨੂੰ। ਘਰ ਵੀ ਆਇਆ ਸੀ, ਮੈਂ ਹੈ ਨਹੀਂ ਗਿਆ ਸੀਗਾ। ਮੈਂ ਕਿਹਾ ਚਲੋ ਨਾਲੇ ਉੱਧਰ ਗਿਆ ਨਹੀਂ, ਹੋਰ ਇੰਨਾ ਕੁ ਦਰਦ ਲੱਗ। ਉਹ ਤੂੰ ਆ ਦਿੱਲੀ ਤੱਕ ਪਹੁੰਚ ਗਿਆ ਦਾਦਾ? ਅਤੇ ਜਦੋਂ ਇਵੇਂ ਦਾ ਕੁਛ ਹੋਇਆ ਵੀ ਆਪਾਂ ਦੱਸ ਦਾਂਗੇ। ਫਿਲਹਾਲ ਆਪਣੀ ਲਾਈਫ 'ਤੇ ਹੀ ਆਪਣਾ ਫੋਕਸ, ਅਤੇ ਬਾ ਆਪਣਾ ਚਿੱਲ ਮਾਰੀਦਾ। ਅਤੇ ਇੱਕ ਵਾਰੀ ਤੁਹਾਨੂੰ ਪਤਾ, ਫਿਰ ਜਦੋਂ ਇੱਦਾਂ ਹੋ ਜਾਵੇ ਫਿਰ ਮੁੜ ਕੇ ਉਹ ਗੱਲ ਨਹੀਂ ਬਣਦੀ ਹੈਗੀ। ਸੋ ਤੁਸੀਂ ਵੀ ਇਕੱਲੇ ਰਿਹਾ ਕਰੋ, ਨਜ਼ਾਰੇ ਲਿਆ ਕਰੋ, ਡੈ ਸਿੱਟ। ਤੂੰ ਆ ਤੁਹਾਡਾ ਦਿੱਲੀ ਤੱਕ ਚੱਲ ਗਿਆ ਉਸਤਾਦ? ਉੱਦਾਂ ਮੈਨੂੰ ਪਤਾ ਨਹੀਂ ਲੱਗਾ, ਵੀਡੀਓ ਜ਼ਰੂਰ ਪਤਾ ਨਹੀਂ, ਪੱਕਾ ਪ੍ਰੂਫ ਹੈ। ਉਹ ਤਾਂ ਮਾੜੀ ਮਾੜੀ ਲਾਈ ਆ, ਪਕੜੇ ਸਾਰੇ ਖੇਤਾਂ ਨੂੰ ਲਾਈ ਆ ਘੁੰਮ ਫਿਰ ਕੇ। ਉਹ ਤਾਂ ਉਹ ਆ ਜਿਹੜਾ ਇਕੱਠੇ ਲਾ ਦਿੰਦੇ ਵਿੱਚ ਟਟਰੀ ਦੀਆਂ ਦੇ ਬੱਚੇ ਹੁੰਦੇ ਆ, ਉਹ ਵੀ ਚੱਕਰ ਪੈਂਦਾ ਤਾਂ ਨਾਲੇ ਉੱਦਾਂ ਵੀ। ਇਹ ਤਾਂ ਸੀਗਾ ਇੰਨੇ ਮਾੜਾ ਮਾੜਾ ਸੀਗਾ, ਧੂੰਆਂ ਕੇਂਜਰੀ ਵਾਲਾ ਕਹਿੰਦਾ ਦਿੱਲੀ ਬਹੁਤ ਜਾਂਦਾ, ਇਹ ਤਾਂ ਮੱਛਰ ਮਾਰਨ ਨੂੰ ਕੀਤਾ ਇਹਨਾਂ। ਹਾਂ ਇੰਨਾ ਕੁ ਤਾਂ ਵਾਲੇ ਪਿੰਡ ਵਾਲਿਆਂ ਨੂੰ ਸੁੱਖ ਜਿਹਾ ਰਹੂਗਾ ਥੋੜ੍ਹਾ ਜਿਹਾ, ਮੱਛਰ ਮੁੱਛਰ ਮਰ ਜੂਗਾ ਨਾ। ਹੋਰ ਬਹੁਤ ਧੁੱਪ ਆ ਬਾਬੇ, ਗੱਡੀ ਗੁੱਡੀ ਹੋ ਗਈ, ਮੋਟਰਸਾਈਕਲ ਹੋ ਗਿਆ, ਜਾਂ ਕੋਈ ਵੀ ਸਾਧਨ ਹੋ ਗਿਆ, ਉੱਥੇ ਨਹੀਂ ਇੰਨਾ ਪਤਾ ਲੱਗਦਾ ਹੈਗਾ। ਖੇਤਾਂ 'ਚ ਜਿਹੜੇ ਵਿਚਾਰੇ ਕੰਮ ਕਰਦੇ ਆ ਨਾ, ਦੁਪਹਿਰ ਨੂੰ ਜਲੂਸ ਬਹੁਤ ਨਿਕਲਦਾ ਸਾਗ। ਕਿਤੇ ਸਕੂਨ ਜੀ ਵਾਲੀ ਆਵਾਜ਼ ਕੱਢਦੀਆਂ ਹੁੰਦੀਆਂ ਇਹ ਟੱਟੀ ਦੀ, ਕੀ ਕਹਿੰਦੇ ਸੀ ਹਾਏ। ਚਲੋ ਚੱਲੀਏ, ਸਾਰੀ ਪਾ ਲੈਂਦੇ ਹਾਂ ਚੰਡੀਗੜ੍ਹ ਬਾਬੇ ਕਿਹੜਾ ਦਿਲ ਕਰਦਾ ਹੁਣ, ਤੁਹਾਨੂੰ ਪਤਾ ਹੀ ਆ ਪਿੰਡ 'ਚ ਅਸੀਂ 2 ਮਹੀਨੇ ਰਹਿ ਗਏ, ਤੇ ਹਫ਼ਤਾ 1-10 ਦਿਨ ਦਿਲ ਨਹੀਂ ਲੱਗਦਾ ਪਿੰਡ 'ਚ ਆ ਕੇ। ਹੁਣ ਪਰ ਮੈਂ ਜੂਸ ਟੂ ਹੋ ਗਿਆ, ਪਤਾ ਕਿ ਗੋਹਾ ਗੋਹਾ ਸਿੱਧੀ ਦਾ ਮੱਥੇ ਲਾਈ ਲਵਾਂ ਐਵੇਂ, ਮੈਂ ਕਿਹੜਾ ਕੋਈ ਰਾਈਟਰ ਆ, ਇੱਦਾਂ ਲਾ ਲੈਂਦੇ ਮੋੜ। ਆਪਾਂ ਜਦੋਂ ਗੁਰੂ ਘਰ ਆਏ ਨੇ ਆਪਣੇ ਮਾਇੰਡ 'ਚ ਕੋਈ ਵੀ ਟੈਨਸ਼ਨ ਆਪਾਂ ਤਾਂ ਲਓ ਹੀ ਨਾ, ਟੈਨਸ਼ਨ ਜਿੱਦਾਂ ਕੋਈ ਵੀ ਕੋਈ ਚੱਲ ਚੱਲ ਵੀ ਰਹੀ ਹੈ ਨਾ,
ਉਹ ਫਲੈਸ਼ ਬੈਕ ਵੱਜ ਸਾਰਾ ਕਲੀਨ ਹੋ ਜਾਂਦਾ ਹੈ ਨਾ ਕਿ ਸਕੂਨ ਪੀਸਫੁੱਲ ਆਪਾਂ ਨੂੰ ਇੱਦਾਂ ਲੱਗਦਾ ਕਿ ਆਪਾਂ ਪੀਸਫੁੱਲ ਜਗ੍ਹਾ 'ਤੇ ਬੈਠੇ ਪਰਮਾਤਮਾ ਦਾ ਨਾਲ ਯਾਨੀ ਕਿ ਇੱਦਾਂ ਦੀ ਸ਼ਕਤੀ ਹੈ ਦਿਲ ਪਰਮਾਤਮਾ ਹੈ ਨਾ ਜਗ੍ਹਾ 'ਚ ਕੋਈ ਵੀ ਉਹ ਹੋ ਜਾਂਦਾ ਆ ਬੰਦਾ ਟੈਨਸ਼ਨ ਫਰੀ ਹੋ ਜਾਂਦਾ ਚਲੋ ਚੱਲੀਏ ਸ਼ਹਿਰ ਨਹੀਂ ਗਿਆ ਸ਼ਹਿਰ ਨਾ ਸ਼ਹਿਰ ਹੁਸ਼ਿਆਰਪੁਰ ਗਿਆ ਯਾਰ ਮੈਂ ਹੁਣ ਤੈਨੂੰ ਜੇ ਕਿਤੇ ਫਿਲਮ ਫੁਲਮ ਵੀ ਜਾਣਾ ਆਉਂਦਾ ਮਾਤਾ ਨੂੰ ਲੈ ਜਾਂਦਾ ਉਹਨਾਂ ਦੇਖਣ ਨਾਲ ਹੁਣ ਤੈਨੂੰ ਪਤਾ ਤੇਰੇ ਨਾਲ ਸੀਗਾ ਜਾਂ ਹੋਰ ਆਪਣੇ ਬੰਦੇ ਉਹ ਬਾਹਰ ਬਾਹਰ ਨਿਕਲ ਗਏ ਸਾਰੇ ਨਵੇਂ ਸ਼ਹਿਰ ਮੰਗੇ ਨਾ ਉੱਧਰ ਵੀ ਨਹੀਂ ਗਏ ਦੇਖ ਲਓ ਵੀ ਟਾਈਮ ਸੀ ਪ੍ਰਧਾਨ ਬਣਾਉਣਾ ਚਾਹੀਦਾ ਸੀ ਬੰਦੇ ਨੇ ਮਕਾਨ ਦਪੋਰਾ ਕਾਲਜ ਹੋ ਗਿਆ ਅਮਰ ਕਿਹੜਾ ਹੁੰਦਾ ਫੇਟ ਹੁੰਦੀ ਸੀ ਉਹ 'ਤੇ ਫੇਟ 'ਤੇ ਚਾਹੀਦਾ ਹੁੰਦਾ ਹੈ ਨਾ ਫਗਵਾੜੇ ਹੋ ਗਏ ਰਾਮਗੜੀਆ ਫਗਵਾੜੇ ਹੁੰਦਾ ਇਹ ਮੇਰੇ ਲਈ ਖਾਲਸਾ ਕਾਲਜ ਅੰਦਰ ਜੀਤਨ ਦਾ ਫੋਨ ਲਾ ਘੈਂਟ ਬੰਦੇ ਜੀਤ ਨੇ ਵੀ ਥਾਰ ਲਿਆਂਦੀ ਉਹ ਵੀ ਮੈਨੂੰ ਆਇਆ ਹੀ ਫੋਨ ਕਹਿੰਦਾ ਪਹਾੜਾਂ ਵੱਲ ਚੱਲਦੇ ਆ ਕਿਤੇ ਮੈਂ ਕਿਹਾ ਨਾ ਮੈਂ ਨਹੀਂ ਜਾਣਾ ਹੋਰ ਸੁਣਾ ਸੜਕਾਂ ਤੇ ਲਾਇਆ ਘੁੰਮੀ ਰਹੀ ਪਰ ਇੱਦਾਂ ਹੋਣੀ ਤੈਨੂੰ ਜਦੋਂ ਉੱਥੇ ਜਾਂਦਾ ਹੋਣਾ ਹਨਾ ਮਹੀਨਾ ਇੱਦਾਂ ਹੁੰਦੀ ਸੀ ਬਾਕੀ ਪਤਾ ਨਹੀਂ ਤੈਨੂੰ ਹੁੰਦੇ ਕਿ ਨਹੀਂ ਜਦੋਂ ਆਪਾਂ ਚੰਡੀਗੜ੍ਹ ਥੋੜ੍ਹੇ ਮਹੀਨੇ ਤੋਂ ਜ਼ਿਆਦਾ ਹੋਏ ਨਾ ਜਿੱਦਾਂ 5 ਕੁ ਮਹੀਨੇ ਹੋ ਗਏ ਜਾਂ 3 ਹੋ ਗਏ ਫਿਰ ਯਾਰ ਦਿਲ ਕਰਦਾ ਤੂੰ ਪਿੰਡ ਨੂੰ ਚੱਲੀਏ ਪਿੰਡ ਨੂੰ ਚੱਲੀਏ ਜਦੋਂ ਪਿੰਡ ਆ ਗਿਆ ਤਾਂ ਇੱਕ ਸ਼ਾਮ ਲੰਘਣੀ ਆ ਨਾਲ ਹੀ ਮੈਂ ਚੱਲ ਜਾ ਚੰਡੀਗੜ੍ਹ ਚੱਲੀਏ ਹੁੰਦੀ ਆ ਨਾ ਇੱਦਾਂ ਉੱਥੇ ਬੰਦੇ ਦਾ ਐਂ ਦਿਲ ਕਰਦਾ ਹੁੰਦਾ ਮੈਂ ਪਿੰਡ ਨੂੰ ਚੱਲ ਜਾਵਾਂ ਜਾਇਆ ਮੈਂ ਘੜੀ ਫਿਰ ਮੁੜ ਕੇ ਜਦੋਂ ਪਿੰਡ ਆ ਗਿਆ ਫਿਰ ਉੱਥੇ ਵਧੀਆ ਪਰ ਉੱਥੇ ਇੱਦਾਂ ਆ ਯਾਰ ਤੁਰੇ ਫਿਰੇ ਰਹਿੰਦੇ ਬੰਦੇ ਦਿਨ ਰਾਤ ਦਾ ਪਤਾ ਨਹੀਂ ਲੱਗਦਾ ਬਿਜੀ ਲਾਈਫ ਹੈ ਤੇ ਨਾਲ ਉੱਦਾਂ ਵੀ ਫਨ ਲਾਈਫ ਹੈ ਇੱਥੇ ਉੱਠ ਜਲਦੀ ਜਾਂਦੇ ਨੇ ਨਾ ਉਹ ਤੇ ਦਫ਼ਤਰ 10 ਵਜੇ 11 ਵਜੇ ਖੁੱਲ ਦੇਣੀ ਤੇ 10 ਵਜੇ ਕੰਮ ਨਿਬੇੜ ਕੇ ਘਰ ਆ ਜਾਂਦੇ ਨੇ ਬਸ ਆ ਚੱਕਰ ਨਾਲ ਉੱਦਾਂ ਫਨ ਲਾਈਫ ਹੈ ਯਾਰ ਕਲਬਿੰਗ ਕਲਬਿੰਗ ਬਣੀ ਆ ਹੋਰ ਬੰਦਾ ਘੁੰਮਣ ਫਿਰਨ ਨੂੰ ਬਣਿਆ ਸਾਰਾ ਵੈਦਰ ਵਧੀਆ ਨਾਲੇ ਉੱਥੇ ਦੂਜੇ ਦੀ ਜਨੰਦ ਮੀਂਹ ਪੈਂਦਾ ਰਹਿੰਦਾ ਆ ਵੀ ਝਪਾੜ ਪੂੜ ਕਰਕੇ ਨੇੜੇ ਆ ਵੀ ਚੱਕਰ ਆ ਇੱਧਰ ਪਿੰਡਾਂ ਨੂੰ ਵੀ ਆਉਣ ਲੱਗ ਪਈ ਬਸ ਆ ਮੈਨੂੰ ਸ਼ੁਰੂ ਤੋਂ ਯਾਦ ਤੇ ਪਤਾ ਨਹੀਂ ਕੀ ਚੱਕਰ ਹੈ ਯਾਰ ਕੀ ਵੇਲੇ ਪਲ ਗੱਲਬਾਤ ਬਾਅਦ 'ਚ ਯਾਦ ਆ ਜਾਂਦੀ ਆ ਚਲੋ ਹੁਣ ਮੈਂ ਕਰਨ ਲੱਗਿਆ ਤੈਨੂੰ ਕੋਈ ਕਹਿਣ ਲੱਗਿਆ ਮੈਂ ਭੁੱਲ ਗਿਆ ਅੱਛਾ ਮੈਨੂੰ ਲੱਗਿਆ ਖਰੇ ਮਹੀਨੇ ਹੁੰਦੀ ਗੱਲ ਨਾ ਹੋਰ ਨਹੀਂ ਕਿਸੇ ਨਵੀਂ ਹੁੰਦੀ ਇੱਦਾਂ ਕਿ ਐਵੇਂ ਗੱਲ ਕਹਿਣ ਲੱਗਿਆ ਭੁੱਲ ਗਿਆ ਯਾਰ ਮੈਂ ਕੀ ਕਹਿਣ ਲੱਗਾ ਸੀ ਤੁਹਾਡੇ ਪਿੰਡ ਮੇਲਾ ਬੜਾ ਭਾਰਾ ਲੱਗਾ ਤੂੰ ਤਾਂ ਆਇਆ ਹੀ ਨਹੀਂ ਬਾਬਾ ਪਰਿਆਲ ਇੱਥੇ ਆ ਉਹ ਗਰਾਊਂਡ ਦੇ ਵਿੱਚ ਪੂਰਾ ਰੱਛ ਸੀਗਾ ਪਾਈ ਸੀ ਮੈਂ ਵੀਡੀਓ ਯੂਟਿਊਬ 'ਤੇ ਸੁਸਾਂ ਵੀ ਦੇਖੀ ਇੱਥੇ ਵੀ ਦੇਖੀ ਦੋਨੇ ਜਗ੍ਹਾ ਪਰਿਆਲ ਵਿਸਾਖੀ ਦਾ ਮੇਲਾ ਦੇਖਿਆ ਦੂਜਾ ਵੀ ਚਲੋ ਬਾਬੇ ਹੁਣ ਮੈਂ ਇੱਦਾਂ ਕਹਿੰਦਾ ਮੈਂ ਨਿਕਲ ਜਾਣਾ ਹੁਣ ਹੈਂ ਜਾ ਕੇ ਅਤੇ ਮੈਂ ਪਹਿਲਾਂ ਜਾਣਾ ਸ਼ਹਿਰ ਨੂੰ ਫਿਰ ਤੇਲ ਪਾਉਣਾ ਤੇਲ ਪਵਾ ਕੇ ਫਿਰ ਮੁੜ ਕੇ ਜਾਣਾ ਘਰ ਨਾਲ ਨਾਲ ਹੀ ਆ ਪਿੰਡ ਸਾਡੇ ਦੇ ਲਵਾ ਇਹਨਾਂ ਦਾ ਪਿੰਡ ਪੈ ਜਾਂਦਾ ਉਹ ਥੋੜ੍ਹਾ ਜਿਹਾ ਗਾਂਹ ਜਾ ਕੇ ਪਰੇ ਆਪਣਾ ਪਿੰਡ ਪੈ ਜਾਂਦਾ ਬਾਹਰ ਜਾਣੀ ਕਿ ਆਪਣੇ ਨੇਬਰਹੁੱਡ ਹੀ ਹੈ ਪਿੰਡ ਵਿਲੇਜ ਦਾ ਬਾਲਾ ਫਰੂਟ ਲੱਗ ਗਿਆ ਸਰ ਮੈਂ ਤਾਂ ਅੱਜ ਦੇਖਿਆ ਹਾਂ ਹੈ ਰੋਬਨ ਆਹ ਜੇ ਕੱਚੀਆਂ ਹੈ ਨਾ ਆਹ ਕੱਚੀਆਂ ਹੈ ਨਾ ਜੇ ਕੋਈ ਨਹੀਂ ਜਦੋਂ ਪੱਕ ਗਈਆਂ ਨਾ ਮੈਨੂੰ ਉਹ ਪਸੰਦ ਆ ਜਿਹੜਾ ਉਹ ਨਹੀਂ ਕਹਿੰਦੇ ਹੁੰਦੇ ਚੱਲ ਪਰੇ ਚੱਲ ਜਾ ਦਿਲਾ ਹੈਗਾ ਗਰੀਬ ਬੰਦਾ ਤੇ ਉਹ ਮਹਿੰਗੇ ਨੇ ਮੋਤੀ ਹਾਸਲ ਨਹੀਂ ਹੋਣੇ ਅੱਗੇ ਮੈਨੂੰ ਗਾਣਾ ਆਉਂਦਾ ਨਹੀਂ ਬਹੁਤ ਸੋਹਣਾ ਗਾਇਆ ਸਿੱਧੂ ਮੂਸੇਵਾਲੇ ਦਾ ਗਾਣਾ ਹੈ ਮਹਿੰਗੇ ਨੇ ਮੋਤੀ ਹਾਸਲ ਨਹੀਂ ਹੋਣੇ ਯਾਨੀ ਕਿ ਉਹਦੇ ਵਿੱਚ ਇਹ ਕਿਹਾ ਹੈ ਕਿ ਉਹ ਛੱਡੋ ਖੈਰ ਹੁਣ ਮੈਂ ਚੱਲਿਆ ਸ਼ਹਿਰ ਨੂੰ ਗੈਸ ਸਟੇਸ਼ਨ 'ਤੇ ਜਾਣਾ ਪਹਿਲਾਂ ਇਹ 'ਚ ਮਾੜਾ ਥੋੜ੍ਹਾ ਤੇਲ ਪਵਾ ਲਈਏ ਅਤੇ ਫਿਰ ਮੁੜ ਕੇ ਆਪਣੇ 'ਚ ਥੋੜ੍ਹਾ ਜਿਹਾ ਤੇਲ ਪਵਾਈਏ ਗੋਲ ਗੱਪੇ ਖਾਈਏ ਭੁੱਖ ਜਿਹੀ ਲੱਗੀ ਹੋ ਵਾ ਅਤੇ ਕਰਦੇ ਹਾਂ ਗੱਲਾਂ ਬਾਤਾਂ ਠੀਕ ਹੈ ਬਣੇ ਰਹੋ ਬਲੌਗ 'ਚ ਸ਼ਹਿਰ ਦੇ ਵਿੱਚ ਸ਼ੁਗਲੀ ਆ ਬੰਦਾ ਯਾਰ ਇਹ ਤਾਂ ਪੈਸੇ ਮੰਗ ਲੈਂਦਾ ਹੈ ਨਾ ਅਤੇ ਕਿਸੇ ਦੇ ਫੋਨ ਤੋਂ ਅਨੋਨ ਨੰਬਰ ਦਾ ਫੋਨ ਕੀਤਾ ਕਹਿੰਦਾ ਭਾਅ ਜੀ ਕੀ ਹਾਲ ਚਾਲ ਹੈ ਮੈਂ ਠੀਕ ਹੈ ਯਾਰ ਕਹਿੰਦਾ ਜਲਦੀ 500 ਰੁਪਇਆ ਪੇਟੀਐਮ ਕਰਿਓ ਮੈਂ ਕੀ ਗੱਲ ਹੋ ਗਈ ਕਹਿੰਦਾ ਡਿਪਰੈਸ਼ਨ ਬਹੁਤ ਆ ਕਹਿੰਦਾ ਸਿਰ ਸਟਰੈਸ ਬਹੁਤ ਆ ਕਹਿੰਦਾ ਮੈਂ ਨਸ਼ਾ ਕਰਨਾ 500 ਇੱਦਾਂ ਦੇ ਵਿੱਚ ਲੋਕ ਹੈਗੇ ਆ ਮੈਂ ਕਿਹਾ ਬੰਦਾ ਬਾਜਿਆ ਮਰੀ ਜਾਂਦਾ ਹੋਰ ਕਿਤੇ ਨਹੀਂ ਨਹੀਂ ਆ ਜਾ ਨਹੀਂ 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 ਨਹੀਂ
ਹੋਰ ਤੂੰ ਦੱਸ ਕੋ ਸੇਵਾ ਬਸ ਸੇਵਾ ਹੀ ਸੇਵਾ ਆਇਆ ਸਨੀ ਕੇ ਦੁਕਾਨ ਤੇ ਗਿਆ ਭਾਜੀ ਅੱਜ ਸਨੀ ਕਿਹੜਾ ਉਹ ਤੋਤੇ ਦਾ ਅੱਛਾ ਅੱਛਾ ਉਧਰੋਂ ਵੀ ਪਿੰਡ ਨੂੰ ਲੇਟ ਜਾਣਾ ਕਿ ਰੁਕ ਜਾਣਾ ਹੁਣੇ ਨਹੀਂ ਜਾਣਾ ਕਾਰੀ ਜਾਣਾ ਪਿੰਡ ਨੂੰ ਚੱਲਣਾ ਹਾਂਜੀ ਆਇਆ ਚਾਹ ਪੀ ਕੇ ਨਾ ਨਾ ਮੈਂ ਮਹਾਂ ਗੈਸ ਤੇਲ ਪਾਉਣਾ ਫਿਰ ਮੈਂ ਗੋਲ ਗੋਲ ਕੋਪੇ ਖਾ ਕੇ ਜਾਣਾ ਅੱਛਾ ਅੱਛਾ ਖਾਣਾ ਪੀਣਾ ਦਾ ਕੁਛ ਆਇਆ ਨਹੀਂ ਨਹੀਂ ਭਾਜੀ ਕੁਛ ਨਹੀਂ ਚੱਲ ਮਿਲਦੇ ਆ ਫਿਰ ਜਾਣ ਚੱਲ ਜੀ ਓਕੇ ਉਹ ਪੇ ਗਾਮੀ ਬੰਦੇ ਆ ਵੀ ਚੱਲਦੇ ਨੇ ਆਣੇ ਤਾਂ ਇਹੀ ਸ਼ਹਿਰ ਨੂੰ ਅੱਜ ਮੈਂ ਕਹਿੰਦੇ ਦਿਨਾਂ ਬਾਅਦ ਖਾਣ ਆਇਆ ਹੈ ਨਾ ਚਲੋ ਗੋਲ ਗੱਪੇ ਖਾ ਲਏ ਹੁਣ ਦੇਖਦੇ ਹਾਂ ਹੋਰ ਕੁਛ ਲੈ ਲਾਂਗੇ ਨਹੀਂ ਤਾਂ ਚੱਲੀਏ ਘਰ ਨੂੰ ਲੋਕ ਲੈ ਫਿਰ ਜਾ ਕੇ ਕਰਦੇ ਹਾਂ ਕੰਟੀ ਨੂੰ ਬੁਲਾਓ ਠੀਕ ਹੈ ਚੱਟੋ ਬੜੇ ਤੋਂ ਬੁਲਾਓ ਦੇ ਨਾਲ ਹਾਂਜੀ ਕਿਵੇਂ ਹਾਲ ਦੋਸਤੋ ਠੀਕ ਠਾਕ ਹੋ ਆ ਗਏ ਸੀਗੇ ਘਰੇ ਕਰ ਲਈਏ ਕੰਮ ਕਾਰ ਕਰ ਦਈਏ ਪਸ਼ੂਆਂ ਨੂੰ ਅੰਦਰ ਨਲਾ ਕੇ ਸ਼ਾਵਰ ਦੇ ਕੇ ਪਹਿਲਾਂ ਮੈਂ ਟੀ ਸ਼ਰਟ ਲਾਈ ਹੋ ਸੀਗੀ ਕੱਪੜੇ ਕਿਉਂ ਗਰਮੀ ਆ ਜਾਂਦੀ ਹੈ ਨਾ ਫਿਰ ਘਰਦੇ ਮੇਰੇ ਕਹਿੰਦੇ ਇੱਦਾਂ ਨਹੀਂ ਪਾਉਣੀ ਵੀਡੀਓ ਉਹਦੇ ਨੂੰ ਚੰਗਾ ਲੱਗਦਾ ਸੋਰੀ ਟੂ ਸੇ ਸੋਰੀ ਹੈ ਨਾ ਅੱਗੇ ਮੈਂ ਪਾ ਪੂ ਲਈ ਸੀ ਤਾਂ ਵੀਡੀਓ ਸੋਰੀ ਅਤੇ ਅੱਜ ਘੜੀ ਗੱਲਾਂ ਬਾਤਾਂ ਕੀਤੀਆਂ ਹੱਸੇ ਖੇਡੇ ਇੰਜੋਏ ਕੀਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਗੁਰੂ ਘਰ ਮੱਥਾ ਟੇਕ ਲਿਆ ਜਾਂਦਾ ਕਿਉਂਕਿ ਮੇਨ ਪਾਰਟ ਇਹ ਨਾ ਸਾਰੀਆਂ ਗੱਲਾਂ ਵੀ ਨਹੀਂ ਸ਼ੇਅਰ ਹੁੰਦੀਆਂ ਨਾ ਕਿਉਂਕਿ ਮੁੰਡਿਆਂ ਤੁਹਾਨੂੰ ਪਤਾ 100 ਗੱਲਾਂ ਬੱਤਾਂ ਮਾਰਨੀਆਂ ਹੁੰਦੀਆਂ ਅਤੇ ਗੋਲ ਗੱਪੇ ਖਾਧੇ ਖਾ ਕੇ ਆ ਗਏ ਸੀਗੇ ਅਤੇ ਇੱਕ ਹੋਰ ਹੀ ਮੁੱਦਾ ਚੱਲੀ ਜਾਂਦਾ ਉਹ ਅੰਮ੍ਰਿਤਪਾਨ ਦੇ ਬਾਪੂ ਵਾਲਾ ਕੇ ਅੰਮ੍ਰਿਤਪਾਨ ਦੇ ਬਾਪੂ ਨੇ ਐਸ ਸੀ ਸਰਟੀਫਿਕੇਟ ਬਣਾ ਕੇ ਜੋਬ ਕਰਤੀ ਆ ਕਿਵੇਂ ਹੈ ਨਾ ਮੈਂ ਤਾਂ ਕਹਿੰਦਾ ਯਾਰ ਸਾਰਾ ਕੁਝ ਖਤਮ ਹੀ ਹੋਣਾ ਚਾਹੀਦਾ ਹੈ ਨਾ ਕਿਉਂਕਿ ਰੱਬ ਦੇ ਇਨਸਾਨ ਆ ਜਦੋਂ ਕਿਸੇ ਨੂੰ ਬਲੱਡ ਚੜ੍ਹਦਾ ਕਦੀ ਨਹੀਂ ਕਿਸੇ ਨੂੰ ਪੁੱਛਿਆ ਜਾਂਦਾ ਕਿ ਐਵੇਂ ਤੇਰੀ ਕੀ ਕਾਸਟ ਆ ਜਾਂ ਕਿਵੇਂ ਹੈ ਨਾ ਇਹ ਕਾਸਟ ਲੈਵਲ ਆ ਸਾਰਾ ਕੁਛ ਏ ਟੂ ਜੈੱਡ ਖਤਮ ਹੋਣਾ ਚਾਹੀਦਾ ਸਰ ਨਿਊਟਰਲ ਹੋਣਾ ਚਾਹੀਦਾ ਕੰਮ ਸਰ ਏ ਟੂ ਜੈੱਡ ਮੇਰੇ ਹਿਸਾਬ ਦੇ ਨਾਲ ਅਤੇ ਕੋਈ ਇੱਦਾਂ ਨਹੀਂ ਹੈਗਾ ਕੋਈ ਅਸੀਂ ਜੱਟ ਹੈ ਹੁਣ ਸਾਡੇ ਕੋਈ ਅਲੱਗ ਸਿੰਗ ਲੱਗੇ ਹੋ ਜਾਂ ਕਿਵੇਂ ਹੈ ਨਾ ਕੋਈ ਐਸ ਸੀ ਆ ਜਾਂ ਪਤਾ ਨਹੀਂ ਕੀ ਕੋਈ ਕੁਛ ਬਣਾਇਆ ਯਾਰ ਇਹਨਾਂ ਨੇ ਹੈ ਨਾ ਉਹਦੇ ਵਿੱਚ ਲੜਾਈ ਜਾਂਦੇ ਲੋਕਾਂ ਨੂੰ ਯਾਰ ਕੋਮਨ ਸੈਂਸ ਕਰਿਆ ਕਰੋ ਸਭ ਪਿਆਰ ਨਾਲ ਰਿਹਾ ਕਰੋ ਇਹਨਾਂ ਚੀਜ਼ਾਂ ਦਾ ਇਹਨਾਂ ਦਾ ਇਹ ਸਭ ਇਕੱਠੇ ਹੁੰਦੇ ਜਿਹੜੇ ਲੜਾਉਣ ਵਾਲੇ ਹੁੰਦੇ ਆ ਅੰਦਰੋਂ ਅੰਦਰ ਹੀ ਹੈ ਨਾ ਉਹ ਪਾਉਂਦੇ ਫਿਰਦੇ ਕਿ ਨਹੀਂ ਸਾਰੇ ਜੱਪੀਆਂ ਜੁੱਪੀਆਂ ਨਾ ਇਹਦਾ ਕੋਈ ਚੱਕਰ ਨਹੀਂ ਹੁੰਦਾ ਪਿਆਰ ਨਾਲ ਰਹੋ ਪਿੰਡ ਦੇ ਵਿੱਚ ਪਿੰਡ ਦੇ ਸਾਰੇ ਕੰਮ ਆਉਂਦੇ ਹੁੰਦੇ ਇਹਨਾਂ ਪਿੱਛੇ ਲੱਗ ਕੇ ਲੜਿਆ ਨਾ ਕਰੋ ਹੈ ਨਾ ਪਾਰਟੀਬਾਜ਼ੀਆਂ ਨਾ ਬਣਾਇਆ ਕਰੋ ਪਿਆਰ ਨਾਲ ਰਹੋ ਘੜੀ ਦਾ ਵਸਾ ਨਹੀਂ ਹੈਗਾ ਟਾਈਮ ਪਾਸ ਆਪਣਾ ਵਧੀਆ ਕਰੋ ਹੈ ਨਾ ਹੱਸ ਖੇਡ ਕੇ ਹਰੇਕ ਦੇ ਨਾਲ ਕੀ ਲੈਣ ਇੱਥੇ ਕੁਛ ਨਹੀਂ ਲੈ ਜਾਣਾ ਪਾਰਟੀਆਂ ਬਾਜੀਆਂ ਕੁਛ ਨਹੀਂ ਰੱਖਿਆ ਹੈਗਾ ਨਾ ਕੋਈ ਕਹਿੰਦਾ ਵੀ ਹੁੰਦਾ ਨਾ ਕਹਿੰਦਾ ਕਰੋ ਜਾ ਜ਼ਿਆਦਾ ਸਹੀ ਹੈ ਨਾ ਕਿਉਂ ਤੁਸੀਂ ਵੀ ਦੱਸਿਓ ਹੈ ਨਾ ਕਿ ਆ ਯਾਰ ਕਾਸਟਰੀਜ਼ਮ ਜਾਂ ਜੋ ਵੀ ਹੈ ਨਾ ਇਹ ਸਾਰਾ ਖਤਮ ਹੋਣਾ ਚਾਹੀਦਾ ਸਾਰੇ ਇਕੁਅਲ ਹੋਣੇ ਚਾਹੀਦੇ ਇਨਸਾਨ ਹੈ ਨਾ ਮੈਂ ਤਾਂ ਇਵੇਂ ਚੱਲਦਾ ਮੈਂ ਅਤੇ ਮੈਂ ਇਵੇਂ ਹੀ ਸੋਚਦਾ ਨਾ ਮੈਂ ਕਦੀ ਇਹ ਚੀਜ਼ਾਂ ਨਹੀਂ ਸੋਚੀਆਂ ਹੈਗੀਆਂ ਨਾ ਪਰਮਾਤਮਾ ਕਦੀ ਲਿਆਵੇ ਹੈ ਨਾ ਅਤੇ ਤੁਸੀਂ ਵੀ ਇੱਦਾਂ ਰੱਖਿਆ ਕਰੋ ਮੇਰੇ ਭਰਾ ਠੀਕ ਹੈ ਕਰਦਾ ਮੈਂ ਠਹਿਰ ਕੇ ਉਹਨਾਂ ਨੂੰ ਅੰਦਰ ਕਰ ਦੇਵਾਂ ਯਾਰ ਵਿਚਾਰੀਆਂ ਗਰਮੀ 'ਚ ਖੜੀਆਂ ਫਿਰ ਕਰਦੇ ਹਾਂ ਘੁੰਮਣ ਲੱਗੀ ਲੈ ਬਲੂੰਗੜੂ ਉਹ ਬਲੂੰਗੜੂ ਕਿੱਦਾਂ ਹੈਲੋ ਕਰ ਇੱਥੇ ਕੈਮਰੇ 'ਚ ਹੈਲੋ ਕਰ ਸਾਰੀਆਂ ਅੱਖਾਂ ਦਿਖਾ ਲਓ ਆਪਣੀਆਂ ਸਮਰ ਇਹ ਅੱਖਾਂ ਦਿਖਾ ਲਓ ਆਪਣੀਆਂ ਸੌਂ ਜਾ ਚੱਲ ਸੌਂ ਅੱਖਾਂ ਦਿਖਾ ਲਾ ਨਾ ਦਿਖਾ ਲਾ ਜਾ ਆ ਜਾ ਉਹਨਾਂ ਨੂੰ ਨੜਾ ਦੀ